ਸ਼ਾਮ ਨੂੰ ਜਾ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਐਮੀ ਵੱਲੋਂ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ। 12 April 2019, ਜੀ ਹਾਂ, ਤੁਸੀਂ ਸਮਝ ਗਏ ਹੋਣੇ, ਮੰਜੇ ਬਿਸਤਰੇ ਇਕੱਠੇ ਹੋਣ ਜਾ ਰਹੇ ਨੇ ਕੈਨੇਡਾ ਦੇ ਵਿੱਚ। ਅਤੇ ਹੁਣ ਜਿਸ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ, ਮੈਂ ਅਗਰ ਕਹੂੰ ਸਭ ਕੁਛ, ਬੈਕਬੋਨ ਆਫ ਦ ਮੂਵੀ, ਪ੍ਰੋਡਿਊਸਰ ਸਾਹਿਬ, ਮੇਨ ਐਕਟਰ ਸਾਹਿਬ, ਸਾਡੇ ਸਿੰਗਰ ਸਾਹਿਬ ਗਿੱਪੀ ਗਰੇਵਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਸਾਰਿਆਂ ਨੂੰ ਪਿਆਰ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਹੁਣ ਕੈਨੇਡਾ 'ਚ ਕਰ ਰਹੇ ਹੋ ਮੰਜੇ ਬਿਸਤਰੇ ਇਕੱਠੇ? ਜੀ ਬਿਲਕੁਲ, ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕਰਨੇ ਆ। ਮੈਂ ਕਿਹਾ ਜੀ ਪੰਜਾਬ 'ਚ ਇਕੱਠੇ ਹੋ ਗਏ, ਪਿਛਲੀ ਫਿਲਮ 'ਚ ਅਸੀਂ ਇੰਨੇ ਮੰਜੇ ਬਿਸਤਰੇ ਇਕੱਠੇ ਕਰ ਲਏ ਵੀ ਮੰਜੇ ਹੀ ਮੁਕਾਤੇ। ਮੈਂ ਕਿਹਾ ਕਿ ਕੈਨੇਡਾ ਚੱਲੀਏ, ਸੋ ਕੈਨੇਡਾ ਦਾ ਮਾਹੌਲ ਦਿਖਾਇਆ ਜਾਊਗਾ। ਕਿਉਂਕਿ ਕੈਨੇਡਾ ਦੇ ਵਿੱਚ ਮੈਂ ਪਿੱਛੇ ਜੇ ਇੱਕ ਵਾਰੀ ਗਿਆ ਸੀਗਾ ਉੱਥੇ ਅਮੈਰੀਕਾ, ਅਤੇ ਮੈਂ ਇੱਕ ਵੈਡਿੰਗ ਅਟੈਂਡ ਕੀਤੀ। ਮੈਨੂੰ ਨਹੀਂ ਸੀ ਪਤਾ ਵੀ ਉੱਥੇ ਵਿਆਹ ਇੱਦਾਂ ਦੇ ਹੁੰਦੇ ਨੇ। 8-10 ਦਿਨ ਚੱਲਿਆ ਵਿਆਹ, ਅਤੇ ਡਰੈਸ ਕੋਡ ਬਣਾਏ ਹੋਏ, ਕਹਿੰਦੇ ਜਿੱਦਾਂ ਜਾਗੋ ਕੱਢਣੀ ਆ ਉਦੋਂ ਚਾਦਰੇ ਕੁੜਤੇ ਲਾਉਣੇ ਨੇ ਜੀ। ਸੋ ਸਾਰੇ ਬੰਦੇ ਮੋਢਿਆਂ ਦੇ ਪਰਨੇ ਪੁਰਨੇ ਰੱਖੀ ਫਿਰਨ, ਮਾਹੌਲ ਉਹਨਾਂ ਨੇ ਪੰਜਾਬ ਵਾਲਾ ਬਣਾਤਾ। ਜਿਨ੍ਹਾਂ ਦੇ ਘਰੇ ਜਾਗੋ ਕੱਢੀ, ਮੁਹੱਲੇ 'ਚ ਲੈ ਕੇ ਕੱਢੀ, ਉਰੇ ਤਾਂ ਅੱਜ ਕੱਲ੍ਹ ਆਪਾਂ ਡੀ ਜੇ 'ਤੇ ਨੱਚ ਨੁੱਚ ਕੇ ਸਾਰ ਦੇਈਦਾ, ਅਤੇ ਜਿਨ੍ਹਾਂ ਦੇ ਘਰੇ ਲੈ ਕੇ ਜਾਣੀ ਸੀ ਜਾਗੋ, ਉਹਨਾਂ ਨੇ ਵੀ ਕੀ ਕੀਤਾ ਹੋਇਆ ਵੀ ਆਪਦੇ ਘਰ ਦੇ ਬਾਹਰ ਲਿਆ ਕੇ ਘੜੇ ਘੁੜੇ ਰੱਖੇ ਹੋਏ ਵੀ ਇਹਨਾਂ ਨੂੰ ਭੰਨਣਗੇ। ਸੋ ਪ੍ਰੋਪਰ ਮਾਹੌਲ ਬੰਦਿਆਂ ਨੇ ਪੂਰਾ ਟਰੈਡੀਸ਼ਨ ਨੂੰ ਫੋਲੋ ਕਰਕੇ ਚੀਜ਼ਾਂ ਕੀਤੀਆਂ। ਸੋ ਮੇਰੇ ਦਿਮਾਗ 'ਚ ਉਦੋਂ ਇਹ ਕੋਨਸੈਪਟ ਆਇਆ ਸੀ ਵੀ ਮੰਜੇ ਬਿਸਤਰੇ ਆ ਕੇ ਕੈਨੇਡੇ 'ਚ ਇਕੱਠੇ ਕੀਤੇ ਜਾਣ, ਦਿਖਾਈਏ ਵੀ ਕੈਨੇਡਾ ਦਾ ਵਿਆਹ ਕਿੱਦਾਂ ਦਾ ਹੁੰਦਾ। ਭਾਅ ਜੀ, ਮੁਸ਼ਕਿਲ ਤਾਂ ਨਹੀਂ ਹੋਈ ਮੰਜੇ ਬਿਸਤਰੇ ਉੱਥੇ, ਕਿਉਂਕਿ ਘੜੇ ਜਾਗੋ ਲਈ ਘੜੇ ਵੀ ਚਾਹੀਦੇ, ਸਭ ਕੁਝ ਚਾਹੀਦਾ? ਐਕਚੁਅਲੀ ਪਹਿਲਾਂ ਮੈਨੂੰ ਲੱਗਿਆ ਸੀ ਵੀ ਮੁਸ਼ਕਿਲ ਬਹੁਤ ਹੋਊਗੀ, ਜਦੋਂ ਅਸੀਂ ਉੱਥੇ ਜਾ ਕੇ ਸਰਚ ਜਿਹਾ ਕੀਤਾ ਸੀਗਾ ਵੀ ਮੰਜੇ ਬਿਸਤਰੇ ਚਾਹੀਦੇ ਆ, ਟਰੈਕਟਰ ਟਰਾਲੀ ਚਾਹੀਦਾ, ਯੇ ਵੋ, ਹਰੇਕ ਤੀਜੇ ਘਰ 'ਚੋਂ ਮੰਜਾ ਨਿਕਲਿਆ ਆਉਂਦਾ ਸੀਗਾ। ਕਈ ਲੋਕ ਕਹਿੰਦੇ ਕਹਿੰਦੇ ਸਾਡੇ ਤਾਂ ਬੇਬੇ ਬਾਪੂ ਪਈ ਨਹੀਂ ਸਕਦੇ ਜੀ, ਅਸੀਂ ਤਾਂ ਇੰਡੀਆ ਤੋਂ ਲਿਆਉਂਦੇ ਹੋਏ ਨੇ, ਦਰੀਆਂ ਗਦੇਲੇ ਜੇ ਵੋ ਸਭ ਦੇਸੀ ਮਾਹੌਲ ਚੱਕੀ ਫਿਰਨ, ਟਰਾਲੀਆਂ ਲੱਭ ਗਈਆਂ ਕਿੰਨੀਆਂ ਸਾਰੀਆਂ, ਅਸੀਂ ਸਾਰਿਆਂ ਨੂੰ ਕਹਿਤਾ ਵੀ ਟਰਾਲੀ ਚਾਹੀਦੀ ਹੈ, ਟਰਾਲੀ ਚਾਹੀਦੀ ਹੈ, ਟਰਾਲੀ ਚਾਹੀਦੀ ਹੈ, ਬਾਅਦ 'ਚ ਇੰਨੀਆਂ ਟਰਾਲੀਆਂ ਹੋ ਗਈਆਂ, ਉਹ ਕਹਿੰਦੇ ਨਾ ਯਾਰ ਸਾਡੀ ਟਰਾਲੀ ਵਰਤੋ, ਸਾਡੀ ਟਰਾਲੀ ਵਰਤੋ, ਬੜਾ ਔਖਾ ਹੋ ਗਿਆ ਸਾਡੇ ਲਈ। ਸੋ ਮਸਾਂ ਹੀ ਲੋਕਾਂ ਨੂੰ ਟਕਾਇਆ ਟੁਕਾਇਆ ਸਾਰਿਆਂ ਨੂੰ, ਪਰ ਬੜਾ ਪਿਆਰ ਸਤਿਕਾਰ ਮਿਲਿਆ ਔਰ ਫਿਲਮ ਸ਼ੂਟ ਕਰਕੇ ਨਜ਼ਾਰਾ ਗਿਆ ਉੱਥੇ, ਔਰ ਲੋਕਾਂ ਨੇ ਜੋ ਰੰਗ ਬੰਨਿਆ, ਜੋ ਮਾਹੌਲ ਬੰਨਿਆ, ਔਰ ਜੋ ਫੀਲ ਆਇਆ ਫਿਲਮ ਦਾ, ਬਹੁਤ ਅੱਛਾ। ਅਤੇ ਭਾਅ ਜੀ, ਅਗਰ ਇਸ ਫਿਲਮ ਦੀ ਬੈਸਟ ਮੂਮੈਂਟ ਦੀ ਗੱਲ ਕੀਤੀ ਜਾਵੇ, ਬੈਸਟ ਮੂਮੈਂਟ ਇਸ ਫਿਲਮ ਦੀ ਤੁਹਾਡੀ, ਤੁਹਾਡੇ ਨਾਲ ਜਿਹੜੀ ਜੁੜੀ ਹੋਈ ਆ, ਉਹ ਕੋਈ? ਦੇਖੋ, ਕਾਫੀ ਇੱਦਾਂ ਦੀਆਂ ਚੀਜ਼ਾਂ ਨੇ। ਸੋ ਸਭ ਤੋਂ ਇੰਪੋਰਟੈਂਟ ਜਿਹੜੀਆਂ ਵਧੀਆ ਚੀਜ਼ਾਂ ਮੈਨੂੰ ਇਹ ਲੱਗਦੀਆਂ ਨੇ, ਕਿਉਂਕਿ ਜੋ ਜਦੋਂ ਮੈਂ ਫਿਲਮ ਲਿਖੀ ਸੀ ਮੇਰੇ ਦਿਮਾਗ 'ਚ ਜੋ ਚੀਜ਼ਾਂ ਸੀਗੀਆਂ, ਇੱਕ ਦੋ ਚੀਜ਼ਾਂ ਸੀ, ਇੱਕ ਦੋ ਬੜੇ ਅੱਛੇ ਸਪੋਟ ਸੀਗੇ ਜਿੱਥੇ ਮੈਂ ਚਾਹੁੰਦਾ ਸੀਗਾ ਕਿ ਯਾਰ ਨਾ, ਜਿਵੇਂ ਪਿੱਛੇ ਐਨ ਲੰਘਦਾ ਵਾ ਪੂਰਾ ਰਿਵਰ, ਉਹਦੇ ਪਿੱਛੇ ਸ਼ਹਿਰ ਹੈ ਪੂਰਾ, ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਉੱਥੇ ਇੱਕ ਜਗ੍ਹਾ ਹੈ, ਮੈਂ ਸੋਚਦਾ ਵੀ ਇੱਥੇ ਮੰਜਾ ਰੱਖ ਕੇ ਐਂ ਬੈਠਾ ਹੋਵਾਂ ਮੈਂ, ਹੈ ਨਾ, ਅਤੇ ਐਂ ਸ਼ੋਟ ਵੱਜੇ ਮੇਰਾ, ਹੈ ਨਾ, ਅਤੇ ਨਾਲ ਕੁੜੀ ਬੈਠੀ ਆ ਉਹ ਪੱਖੀ ਝੱਲ ਰਹੀ ਹੈ, ਹੈ ਨਾ, ਮਾਹੌਲ, ਕਰਮਜੀਤ ਅਨਮੋਲ ਸਾਡਾ ਫਿਲਮ ਦਾ ਦਾਦਾ, ਉਹ ਐਂ ਪਿਆ ਮੰਜੇ ਦੇ ਉੱਤੇ, ਉੱਥੇ ਮੰਜਾ ਡਾਈ, ਹੈ ਨਾ, ਵੀ ਇਹ ਜਿਹੜੀ ਫੀਲ ਆ ਇਹ ਦੇਖਣ ਨੂੰ ਵਧੀਆ ਫੀਲ ਹੈ, ਹੈ ਨਾ। ਸੋ ਅਕਸਰ ਤੌਰ ਦੇ ਉੱਤੇ ਜਿੱਦਾਂ ਦੀਆਂ ਫਿਲਮਾਂ ਮੰਜੇ ਬਿਸਤਰੇ ਵਰਗੀਆਂ ਨੇ, ਇਹਨਾਂ 'ਚ ਪਲੱਸ ਪੁਆਇੰਟ ਕੀ ਆ ਜੋ ਮੈਨੂੰ ਲੱਗਦਾ, ਜਿਵੇਂ ਪੁਰਾਣੀ ਫਿਲਮ ਸੀ, ਜ਼ਰੂਰੀ ਨਹੀਂ ਅਸੀਂ ਗੱਲਾਂ ਮਾਰ ਕੇ ਤੁਹਾਨੂੰ ਹਸਾ ਰਹੇ ਹਾਂ, ਸਮਝ ਲਓ ਪੱਠੀ ਲੱਗੀ ਆ ਉਹ 'ਚ ਪਕੌੜੇ ਤਲ ਰਹੇ ਨੇ, ਊਈ ਛਾਣਨੀ ਨਾ ਬੰਦਾ ਐਂ ਕਰ ਰਿਹਾ, ਕੱਢ ਕੇ ਇੱਧਰ ਰਹਿੰਦਾ, ਕੋਈ ਜਲੇਬੀਆਂ ਕੋਈ ਲੱਡੂ ਬੱਟੀ ਜਾਂਦਾ, ਗੱਲਾਂ ਜਾਂਦੀਆਂ, ਕਹਿੰਦਾ ਹੋਰ ਭੋਲਿਆ ਕਿਵੇਂ ਆ ਬਈ, ਠੰਡੇ ਬੜੀ ਹੋ ਗਈ, ਇਹ ਚੀਜ਼ ਰੌਣਕ ਮੇਲਾ ਹੈ, ਇਹ ਮਾਹੌਲ ਹੈ। ਸੋ ਮਾਹੌਲ ਦੀ ਫਿਲਮ ਸੀਗੀ ਪੁਰਾਣੀ ਮੰਜੇ ਬਿਸਤਰੇ, ਸੋ ਮਾਹੌਲ ਦੀ ਉਹ ਫਿਲਮ ਆ ਮੰਜੇ ਬਿਸਤਰੇ 2। ਭਾਅ ਜੀ, ਅਨਮੋਲ ਭਾਅ ਜੀ ਤਾਂ ਤੁਸੀਂ ਨਾਂ ਲਿਆ, ਸਾਧੂ ਜੀ, ਉਹ ਜੋ ਜਦੋਂ ਟ੍ਰੇਲਰ ਆਇਆ ਤਾਂ ਟ੍ਰੇਲਰ 'ਚ ਤੁਸੀਂ ਬੜੇ ਉਹਨਾਂ ਨਾਲ ਉਹ ਹੱਸੀ ਮਜ਼ਾਕ ਚੱਲ ਰਿਹਾ, ਉਹ ਕੋਈ ਦੱਸੋਗੇ ਕੀ ਰਿਵੀਲ ਕਰੋਗੇ ਥੋੜ੍ਹਾ ਜਿਹਾ? ਯਾਰ ਉਹ ਬੰਦੇ ਨਾਲ ਕਾਹਦਾ ਮਜ਼ਾਕ ਯਾਰ, ਉਹ ਬੜਾ ਬਹੁਤ ਝੂਠਾ ਗੱਪੀ ਚੌਰਾ, ਬੁੜੇ ਨੂੰ ਜੋ ਕਹਿ ਲਓ ਉਹੀ ਬਸ ਘੱਟ ਆ, ਮੰਨ ਲਓ ਤੁਸੀਂ ਹੈ ਨਹੀਂ, ਸ਼ੁਕਰ ਕਰੋ ਉਰੇ ਜੇ ਹੁੰਦਾ ਤਾਂ ਉਹ ਨਾਲੇ ਖੂੰਡਾ ਚੱਕ ਲੈਂਦਾ ਆਪਦਾ, ਬੰਦੇ ਕੁੱਟਣ ਤੱਕ ਜਾਂਦਾ ਉਹ। ਫਿਲਮ 'ਚ ਮੈਂ ਉਹਨੂੰ ਆਪਦੀ ਕੋਈ ਗੱਲ ਦੱਸ ਬੈਠਦਾ, ਮੈਂ ਕਿਹਾ ਬਾਪੂ ਤੈਨੂੰ ਮੈਂ ਦੱਸੀ ਆ ਸਿਰਫ ਆਪਦਾ ਸਮਝ ਕੇ, ਗਾਹਾਂ ਨਾ ਦੱਸਦੀ, ਨਾਲ ਜਾਂਦੇ ਹੀ ਕਹਿੰਦਾ ਸੁੱਖੀ ਦੀ ਰਾਣੂ ਨਾਲ ਗਾਟੀ ਹੈ। ਪਤੰਦਰ ਨੇ ਜਿਉਂ ਫਲਾਈ ਗੱਲ, ਜਿਉਂ ਫਲਾਈ, ਘੁੱਗੀ ਭਾਈ ਨੇ ਕਿਹਾ ਵੀ, ਕਹਿੰਦੇ ਬਾਪੂ ਤੂੰ ਤਾਂ ਗੱਲ ਸੁਣ ਕੇ ਨਾ ਉੱਤੇ ਦੀ ਇਨੋ ਪੀ ਲਿਆ ਕਰ, ਤੇਰੇ ਗੱਲ ਹਜਮ ਨਹੀਂ ਹੁੰਦੀ ਹੈਗੀ। ਸੋ ਉਹ ਬੰਦਾ ਬਹੁਤ ਗੱਪੀ ਹੈ ਜੀ, ਬਹੁਤ ਬੜੇ ਬੜੇ ਗੱਪ ਸੱਟੇ ਨੇ ਉਹਨੇ ਫਿਲਮ ਦੇ ਵਿੱਚ, ਔਰ ਤੁਸੀਂ ਦੇਖੋਗੇ, ਔਰ ਤੁਸੀਂ, ਪਰ ਕਰੈਕਟਰ ਬਹੁਤ ਰੰਗੀਲਾ ਹੈ, ਰੰਗੀਲਾ ਕਰੈਕਟਰ ਹੈ ਜਿਹਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਸਮਾਈਲ ਆ ਜਾਂਦੀ ਹੈ। ਅਤੇ ਭਾਅ ਜੀ, ਮੈਰਿਜ ਵਾਲੇ ਵੀ ਉਹ ਤੁਸੀਂ ਜੋ ਮੈਨੇਜਰ ਨੇ, ਜੋ ਮੈਰਿਜ ਬਿਊਰੋ ਵਾਲੇ ਨੇ, ਉਹ ਵੀ ਕਾਫੀ ਵੈਡਿੰਗ ਪਲੈਨਰ, ਹਾਂ ਰਾਈਟ, ਵੈਡਿੰਗ ਪਲੈਨਰ ਉਹ ਹੈਗੇ ਨੇ ਬੀਐਨ ਸ਼ਰਮਾ ਜੀ। ਸੋ ਵੈਡਿੰਗ ਪਲੈਨਰ, ਉਹਨਾਂ ਦਾ ਬੇਟਾ ਰਾਣਾ ਰਣਬੀਰ, ਅਤੇ ਰਾਣਾ ਜੰਗ ਬਹਾਦਰ ਜੀ ਨੇ ਹਲਵਾਈ। ਸੋ ਘੁੱਗੀ ਭਾਅ ਜੀ ਮੇਰਾ ਮਾਮਾ ਹੈ, ਛੜਾ ਛੜਾਂਗ ਮਾਮਾ, ਜਿਹੜਾ ਉੱਥੇ ਤੁਰਿਆ ਫਿਰਦਾ, ਜਿਹਦੇ ਕੋਲ ਕਾਗਜ਼ ਪੱਤਰ ਵੀ ਹੈ ਨਹੀਂ ਗੇ ਕੈਨੇਡਾ ਦੇ, ਬਹੁਤ ਡਰਦਾ ਪੁਲਿਸ ਤੋਂ, ਔਰ ਵਾਰ ਵਾਰ ਜਿਹਨੂੰ ਸਾਧੂ ਬਾਬਾ ਇਹ ਕਹਿੰਦਾ ਵੀ ਜੇ ਮੇਰੇ ਨਾਲ ਬਦਤਮੀਜ਼ੀ ਕੀਤੀ ਇੰਡੀਆ ਨੂੰ ਚੜ੍ਹਾ ਦੂੰ ਤੈਨੂੰ। ਸੋ ਬਹੁਤ ਖਿਲਾਰੇ ਵਾਲਾ ਮਾਹੌਲ ਹੈ, ਔਰ ਵਿਆਹ ਦਾ ਬੈਕਡਰੋਪ ਹੈ ਜੀ, ਉੱਧਰ ਕੁੜੀ ਦਾ ਟੱਬਰ, ਇੱਧਰ ਮੁੰਡੇ ਵਾਲਾ ਟੱਬਰ, ਬੰਦੇ ਹੀ ਇੰਨੇ ਹੋ ਜਾਂਦੇ ਸੀਗੇ ਜੀ, 42 ਬੰਦੇ ਤਾਂ ਜਹਾਜ਼ ਭਰ ਕੇ
ਉੱਥੇ ਜਦੋਂ ਲਾਏ ਪਤੰਦਰ ਹਰੇਕ ਤਿੰਨ ਤਿੰਨ ਟੈਚੀ ਚੱਕੀ ਫਿਰ 150 ਟੈਚੀ ਲੈ ਗਿਆ ਉਹਨਾਂ ਨੂੰ ਲੱਦਣ ਦੇ ਲਈ ਵੱਡੀਆਂ ਗੱਡੀਆਂ ਚਾਹੀਦੀਆਂ ਬੱਸਾਂ ਭਰ ਕੇ ਆਏ ਆਏ ਮੈਂ ਕਿਹਾ ਕਿੱਥੇ ਸਿਆਪਾ ਪਾ ਲਿਆ ਗੱਲ ਇਹ ਤਾਂ ਐਂ ਲੱਗਦਾ ਜਿਵੇਂ ਰੋਜ਼ ਕੁੜੀ ਦਾ ਵਿਆਹ ਕਰਨਾ ਹੁੰਦਾ ਵਾ ਸੋ ਐਡੀ ਵੱਡੀ ਕਾਸਟ ਐਡਾ ਤਾਮ ਜਾਮ ਸੋ ਜਿਹੜੇ ਘਰ 'ਚ ਸ਼ੂਟ ਕਰਦੇ ਸੀ ਮੈਨੂੰ ਯਾਦ ਆ ਉਹ ਇੱਕ ਗੋਰਾ ਗੋਰੀ ਦਾ ਘਰ ਸੀਗਾ ਉਹਨਾਂ ਤੋਂ ਅਸੀਂ ਰੈਂਟ 'ਤੇ ਲਿਆ ਸੀ ਕਿਹਾ ਜੀ ਵੀ ਅਸੀਂ ਆਹ ਕੁਛ ਕਰਨਾ ਅਸੀਂ ਤੁਹਾਡਾ ਘਰ ਇੱਥੋਂ ਪੱਟਾਂਗੇ ਇੱਥੇ ਭੱਠੀ ਲਾਉਣੀ ਆ ਇੱਥੇ ਫਲਾਣੀ ਚੀਜ਼ ਕਰਨੀ ਆ ਇੱਥੇ ਕਰਨੀ ਆ ਉਹ ਕਹਿੰਦੇ ਜੀ ਠੀਕ ਆ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਐਜ਼ ਇਟ ਇਜ਼ ਕਰਕੇ ਅਸੀਂ ਵਾਪਸ ਦੇਵਾਂਗੇ ਅਤੇ ਉਹਨਾਂ ਨੂੰ ਅਸੀਂ ਪੈਸੇ ਦੇਣੇ ਸੀ ਅਤੇ ਕਹਿੰਦੇ ਉਹ ਉੱਥੇ ਕੀ ਕਰਦੇ ਆ ਵੀ ਜਦੋਂ ਅਸੀਂ ਕਿਸੇ ਦਾ ਘਰ ਲੈਂਦੇ ਹਾਂ ਤਾਂ ਉਹ ਕਹਿੰਦੇ ਵੀ ਅਸੀਂ ਹੋਟਲ ਚਲੇ ਜਾਂਦੇ ਹਾਂ ਵੀ ਅਸੀਂ ਆਪਦਾ ਉੱਥੇ ਲੈ ਲਾਂਗੇ ਕਿਉਂਕਿ ਉਹਨਾਂ ਨੇ ਸਾਨੂੰ ਰੈਂਟ 'ਤੇ ਦਿੱਤਾ ਅਸੀਂ ਕਿਹਾ ਜੀ ਤੁਸੀਂ ਕੋਈ ਚੱਕਰ ਨਹੀਂ ਸਾਨੂੰ ਇਤਰਾਜ਼ ਨਹੀਂ ਤੁਸੀਂ ਰਹੀ ਚੱਲੋ ਉਰੇ ਵੀ ਤਾਂ ਆਪਦੀ ਸ਼ੂਟਿੰਗ ਕਰਨੀ ਆ ਵੀ ਵਿੱਚ ਤੁਸੀਂ ਫਿਰੀ ਜਾਇਓ ਸੋ ਉਹ ਆਂਟੀ ਅੰਕਲ ਸਾਡੇ 'ਚ ਇੰਨਾ ਘੁਲ ਮਿਲ ਗਏ ਗੋਰੇ ਗੋਰੀ ਆਂਟੀ ਸਵੇਰੇ ਤਿਆਰ ਹੋ ਜਾ ਕਰੇ ਉਹ ਆ ਕੇ ਪੁੱਛ ਲਿਆ ਕਰੇ ਕਹਿੰਦੀ ਵੀ ਮੇਰੇ ਲਈ ਕੋਈ ਰੋਲ ਹੈ ਮੇਰੇ ਲਈ ਕੋਈ ਰੋਲ ਹੈ ਕਹਿੰਦੀ ਵੀ ਮੈਂ ਵੀ ਇਹਨਾਂ ਨੂੰ ਕਹਿੰਦੀ ਬੈਠ ਕੇ ਐਵੇਂ ਐਵੇਂ ਕਰ ਸਕਦੀ ਹਾਂ ਹੈ ਨਾ ਅਤੇ ਕਰਦੇ ਕਰਾਉਂਦੇ ਫਿਰ ਉਹਦੇ ਲਈ ਇੱਕ ਰੋਲ ਨਿਕਲਿਆ ਆ ਉਹ ਕਰਮਜੀਤ ਅਨਮੋਲ ਪ੍ਰੋਮੋ 'ਚ ਵੀ ਆ ਬੀ ਐਨ ਸ਼ਰਮੇ ਨੂੰ ਕਹਿੰਦਾ ਵੀ ਐਂ ਕਰ ਘਰ ਦੀ ਗੱਡੀ ਲੈ ਕੇ ਆ ਉਹ ਕਹਿੰਦਾ ਜੀ ਆਹ ਹੈ ਘਰ ਦੀ ਗੱਡੀ ਹੈ ਨਾ ਕਹਿੰਦਾ ਇਹਦੇ ਘਰ ਵਾਲੇ ਨੇ ਇਹਨੂੰ ਕੱਢਿਆ ਹੋਇਆ ਵਾ ਹੈ ਨਾ ਅਤੇ ਉਹ ਰੋਲ ਉਹ ਆਂਟੀ ਨੂੰ ਮਿਲਿਆ ਸੋ ਵਿੱਚ ਨੱਚਦੀ ਨੁੱਚਦੀ ਆ ਸਾਡੇ ਨਾਲ ਇੰਜੋਏ ਕਰਦੀ ਆ ਸੋ ਬਹੁਤ ਰੰਗੀਲਾ ਮਾਹੌਲ ਸੀਗਾ ਜੀ ਫਿਲਮ 'ਚ ਵੈਸੇ ਇੱਕ ਗੱਲ ਆ ਤੁਸੀਂ ਕਰੈਕਟਰ ਦੀ ਗੱਲ ਕੀਤੀ ਅਨਮੋਲ ਭਾਅ ਜੀ ਸਾਧੂ ਜੋ ਕਰੈਕਟਰ ਆ ਉਹਦੇ 'ਚ ਇੱਕ ਜਦ ਟ੍ਰੇਲਰ ਆਪਾਂ ਦੇਖਿਆ ਉਹਦੇ 'ਚ ਵੀ ਇੱਕ ਉਹ ਡਾਇਲੋਗ ਸੀਗਾ ਕਦੀ ਉਹ ਘਰ ਦੀ ਗੱਡੀ ਮੰਗ ਰਹੇ ਨੇ ਅਤੇ ਕਦੀ ਉਹ ਭੰਗ ਮੰਗਦੇ ਨੇ ਗੱਡੀ ਮੰਗਦੇ ਹੋ ਕਦੇ ਕਹਿੰਦਾ ਕਦੇ ਕਹਿੰਦੇ ਉਹ ਪੱਠੀ ਲਾ ਲਓ ਕਦੇ ਕਹਿੰਦੇ ਉਹ ਭੰਗ ਦੇ ਪਕੌੜੇ ਤਲ ਲਓ ਕਹਿੰਦਾ ਤੁਸੀਂ ਸਿੱਧੀ ਗੱਲ ਇਹ ਦੱਸੋ ਵੀ ਵਿਆਹ ਕਰਨਾ ਕਿ ਨਸ਼ੇ ਕਹਿੰਦੇ ਨਸ਼ੇ ਉਹਦਾ ਮੁੱਦਾ ਬੇਸਿਕਲੀ ਇਹ ਆ ਇਹ ਨਹੀਂ ਹੈ ਕਿ ਫਿਲਮ ਦੇ ਵਿੱਚ ਉਹ ਸਾਧੂ ਬਾਬਾ ਬਹੁਤ ਨਸ਼ੇ ਕਰਦਾ ਜਾਂ ਕੁਛ ਹੈ ਇੱਦਾਂ ਦਾ ਨਹੀਂ ਹੈ ਉਹਦੀ ਪ੍ਰੋਬਲਮ ਇਹ ਆ ਵੀ ਉਹ ਚਾਹੁੰਦਾ ਵਾ ਵੀ ਮੈਂ ਜੇ ਵਿਆਹ ਪੰਜਾਬ 'ਚ ਕਰਦਾ ਨਾ ਤਾਂ ਉਹਦੇ ਮਨ 'ਚ ਬੜੀਆਂ ਰੀਝਾਂ ਸੀ ਵੀ ਸ਼ਾਇਦ ਮੈਂ ਜੇ ਆਪਦੇ ਮੁੰਡੇ ਦਾ ਵਿਆਹ ਪੰਜਾਬ 'ਚ ਕੀਤਾ ਹੁੰਦਾ ਤਾਂ ਮੈਂ ਦਾਰੂ ਦੀਆਂ ਭੱਠੀਆਂ ਲਾ ਦੇਣੀਆਂ ਸੀ ਮੈਂ ਜੇ ਕਰ ਦੇਣਾ ਸੀ ਪਰ ਉਹ ਤਾਂ ਵਿਚਾਰੇ ਤੋਂ ਜਾ ਹੀ ਨਹੀਂ ਹੋਇਆ ਹੈ ਨਾ ਹੁਣ ਉਹਦੇ ਪੋਤੇ ਦਾ ਵਿਆਹ ਸੀ ਉਹ ਸੋਚਦਾ ਵੀ ਮੈਂ ਪਿੰਡ 'ਚ ਜੇ ਕਰ ਦੂੰ ਮੈਂ ਬਾਹਰ ਲੱਡੂਆਂ ਦੇ ਢੇਰ ਲਾ ਦੇਣੇ ਨੇ ਜਲੇਬੀਆਂ ਐਂ ਵਰਤਾ ਦੇਣੀਆਂ ਜੇ ਕਰ ਦੇਣਾ ਉਹ ਕਰ ਦੇਣਾ ਉਹਦੇ ਚਾਅ ਨਾ ਵਿੱਚ ਹੀ ਰਹਿ ਗਏ ਸੋ ਹੁਣ ਉਹਨੂੰ ਕਿਹਾ ਵੀ ਬਾਪੂ ਤੂੰ ਜੋ ਕਹੇਗਾ ਤੈਨੂੰ ਉਹੀ ਕਰਕੇ ਦੇਵਾਂਗੇ ਹੁਣ ਤਾਂ ਉਹੀ ਸਮਝ ਨਹੀਂ ਲੱਗਦੀ ਵੀ ਮੈਂ ਉਹਨੂੰ ਕੀ ਕਰਾਂ ਹੈ ਨਾ ਉਹ ਵਾਲ ਜਿਹਾ ਪਿਆ ਉਹੀ ਕਹਿੰਦਾ ਜੇ ਕੋਈ ਕਹਿੰਦਾ ਭੱਠੀ ਲਾ ਦੀਏ ਹਾਂ ਕਹਿੰਦਾ ਭੱਠੀ ਲਾ ਦਿਓ ਦਾਰੂ ਦੀ ਹੈ ਨਾ ਮਤਲਬ ਉਹ ਜਿਹਾ ਵਾ ਸੋ ਉਸ ਚੱਕਰ ਦੇ ਵਿੱਚ ਆ ਵੀ ਆਹ ਕਰ ਲਓ ਉਹ ਕਰ ਲਓ ਬੀ ਐਨ ਸ਼ਰਮਾ ਜੀ ਖਿੱਚ ਜਾਂਦੇ ਨੇ ਉਦੋਂ ਕਹਿੰਦੇ ਘਰੇ ਟੈਲੀਫੋਨ ਕਰਕੇ ਪੁੱਛ ਲਓ ਜੇ ਬੁੜੀਆਂ ਨੂੰ ਹੁੱਕੇ ਹਾਕੇ ਚਾਹੀਦੇ ਉਹ ਵੀ ਲਿਆ ਦਿੰਦੇ ਆ ਕਹਿੰਦਾ ਨਸ਼ਿਆਂ ਦੇ ਪਿੱਛੇ ਲੱਗਿਆ ਟੱਬਰ ਸਾਰੇ ਦਾ ਸਾਰਾ ਸੋ ਮਾਹੌਲ ਹੈ ਭਾਅ ਜੀ ਵੈਸੇ ਇੱਕ ਗੱਲ ਹੈ ਮੈਂ ਅਗਰ ਤੁਹਾਨੂੰ ਹੁਣ ਕਹੂੰ ਕਿ ਤੁਸੀਂ ਹੁਣ ਸੁਪਰ ਹਿੱਟ ਮਸ਼ੀਨ ਬਣ ਗਏ ਹੋ ਬਿਕੋਜ਼ ਕੈਰੀ ਔਨ ਜੱਟਾ 2 ਨੇ ਵੀ ਤੁਹਾਨੂੰ ਜੋ ਪਿਆਰ ਦਿੱਤਾ ਜੋ ਲੋਕਾਂ ਨੇ ਪਿਆਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਕਿ ਟ੍ਰੇਲਰ ਵੀ ਹੁਣ 6 ਮਿਲੀਅਨ ਵਿਊ ਟੱਪ ਚੁੱਕਿਆ ਅਤੇ ਕਿਹੋ ਜਿਹਾ ਲੱਗ ਰਿਹਾ ਮਤਲਬ ਕੈਰੀ ਔਨ ਜੱਟਾ ਦੇ ਬਾਅਦ ਹੁਣ ਸੀਕੁਅਲ ਦਾ ਕਿਉਂਕਿ ਮੈਂ ਗੱਲ ਕਰ ਰਿਹਾ ਸੀਕੁਅਲ ਦੀ ਕੈਰੀ ਔਨ ਜੱਟਾ ਵੀ ਸੀਕੁਅਲ ਸੁਪਰ ਸੁਪਰ ਡੁਪਰ ਡੁਪਰ ਹਿੱਟ ਅਤੇ ਹੁਣ ਮੰਜੇ ਵਿਸਰੇ 2 ਤਾਂ ਮੈਨੂੰ ਲੱਗਦਾ ਕਿ ਡੁਪਰ ਦੇ ਨਾਲ ਕਿੰਨੇ ਹੋਰ ਡੁਪਰ ਲੱਗਣਗੇ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਚੀਜ਼ਾਂ ਚੰਗੀਆਂ ਬਣੀ ਜਾਣ ਔਰ ਕੁਛ ਕੁ ਫਿਲਮਾਂ ਹੁੰਦੀਆਂ ਜਿਨ੍ਹਾਂ ਦੇ ਪਾਰਟ 2 ਬਣ ਸਕਦੇ ਆ ਕੈਰੀ ਔਨ ਜੱਟਾ ਦਾ ਲੋਕਾਂ ਨੂੰ ਬੜੀ ਐਕਸਪੈਕਟੇਸ਼ਨ ਸੀ ਕਿ ਦੂਜਾ ਭਾਗ ਬਣਾਇਆ ਜਾਵੇ ਔਰ ਬਾਬੇ ਦੀ ਕਿਰਪਾ ਨਾਲ ਬਹੁਤ ਚੱਲਿਆ ਫਿਰ ਮੰਜੇ ਬਿਸਤਰੇ ਇੱਦਾਂ ਦੀ ਫਿਲਮ ਸੀ ਸੋ ਮੰਜੇ ਬਿਸਤਰੇ ਦਾ ਸੋ ਫਿਰ ਮੈਨੂੰ ਬੜੇ ਲੋਕਾਂ ਦੇ ਮੈਸੇਜ ਆਉਂਦੇ ਨੇ ਵੀ ਅਰਦਾਸ 2 ਬਣਾਈ ਜਾਵੇ ਸੋ ਇਸ ਤੋਂ ਬਾਅਦ ਹੁਣ ਅਰਦਾਸ 2 ਆਉਣੀ ਆ ਉਹ ਵੀ ਸੀਕੁਅਲ ਹੋ ਗਿਆ ਸੋ ਦੇਖੋ ਕੋਈ ਕੋਈ ਫਿਲਮ ਆ ਜਿਹੜੀ ਪਾਰਟ 2 ਬਣ ਸਕਦੀ ਹੈ ਹਰ ਫਿਲਮ ਤਾਂ ਬਣ ਨਹੀਂ ਸਕਦੀ ਹੈਗੀ ਕਈ ਫਿਲਮਾਂ ਹੁੰਦੀਆਂ ਮੈਂ ਆਪਣੇ ਲਈ ਕਰਦਾ ਜਿਵੇਂ ਅਰਦਾਸ ਮੈਂ ਆਪਣੇ ਲਈ ਬਣਾਈ ਸੀ ਠੀਕ ਆ ਉਹ ਬਾਅਦ 'ਚ ਲੋਕਾਂ ਨੇ ਆਪਣੀ ਬਣਾ ਲਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਇੱਕ ਗੱਲ ਹੋਰ ਹੈ ਭਾਅ ਜੀ ਸੋਰੀ ਤੁਹਾਨੂੰ ਕੱਟਣਾ ਵਿੱਚ ਰਾਣਾ ਭਾਅ ਜੀ ਨੇ ਮੈਨੂੰ ਕਿਹਾ ਇੰਟਰਵਿਊ ਦੇ ਵਿੱਚ ਕਿ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਫਿਲਮ ਜੋ ਹੈ ਸਭ ਤੋਂ ਵੱਡੀ ਫਿਲਮ ਉਹ ਹੁਣ ਤੁਹਾਡੇ ਨਾਲ ਕਰ ਰਹੇ ਨੇ ਮੇਰੇ ਖਿਆਲ 'ਚ ਇਹ ਅਰਦਾਸ ਦੀ ਗੱਲ ਕਰ ਰਹੇ ਨੇ ਉਹ ਬਿਲਕੁਲ ਜੀ ਅਰਦਾਸ 2 ਗੱਲ ਕਰ ਰਹੇ ਉਹਨਾਂ ਦੀ ਜ਼ਰੂਰ ਉਹ ਕਿਉਂਕਿ ਲਿਖੀ ਉਹਨਾਂ ਨੇ ਆ ਜੀ ਸੋ ਸਟੋਰੀ ਸਕਰੀਨ ਪਲੇ ਅਸੀਂ ਦੋਨਾਂ ਨੇ ਇਕੱਠਿਆਂ ਨੇ ਲਿਖਿਆ ਡਾਇਲੋਗ ਸਾਰੇ ਰਾਣੇ ਬਾਈ ਨੇ ਲਿਖੇ ਆ ਸੋ ਫਿਲਮ ਬੜੀ ਡਿਫਰੈਂਟ ਹੈ ਬੜੀ ਅਲੱਗ ਫਿਲਮ ਹੈ ਬਟ ਹਾਂ ਜਿਨ੍ਹਾਂ ਨੂੰ ਪਹਿਲੀ ਫਿਲਮ ਵਧੀਆ ਲੱਗੀ ਆ ਉਸ ਟਾਈਪ ਦੀ ਫਿਲਮ ਹੈ ਮਤਲਬ ਅਰਦਾਸ 'ਚੋਂ ਲੋਕ ਕਹਿ ਰਹੀ ਜੱਟਾਂ ਨਾ ਭਾਲਣਾ ਨਾ ਸੋ ਉਹ ਤਾਂ ਉਹ ਹੈ ਨਹੀਂ ਗੀ ਸੋ ਉਹ ਅਲੱਗ ਫਿਲਮ ਹੈ ਉਹ ਅਲੱਗ ਫਿਲਮ ਹੈ ਹੈ ਨਾ ਸੋ ਫਿਰ ਵੀ ਮੈਨੂੰ ਐਂ ਲੱਗਦਾ ਕਿ ਜੇ ਮੈਂ ਸਾਰੀਆਂ ਫਿਲਮਾਂ 'ਚੋਂ ਦੇਖਾਂ ਕਿ ਬੈਟਰ ਫਿਲਮਾਂ ਕਿਹੜੀਆਂ ਨੇ ਜਿਵੇਂ ਹੁਣ ਕੈਰੀ ਔਨ ਜੱਟਾਂ 'ਚ ਅਸੀਂ ਇਕੱਲੀ ਕੋਮੇਡੀ ਕਰਦੇ ਹਾਂ ਜਿਹੜੀ ਮੰਜੇ ਬਿਸਤਰੇ ਆ ਇਹਦੇ 'ਚ ਪਲੱਸ ਸਾਨੂੰ ਇਹ ਮਿਲ ਜਾਂਦਾ ਕਿ ਤੁਸੀਂ ਕੋਮੇਡੀ ਤਾਂ ਕਰਦੇ ਹੋ ਪਰ ਕਲਚਰ 'ਚ ਕਰਦੇ ਹੋ ਟ੍ਰੈਡੀਸ਼ਨ 'ਚ ਕਰਦੇ ਹੋ ਆਪਣੇ ਰੀਤੀ ਰਿਵਾਜ਼ਾਂ 'ਚ ਕਰਦੇ ਹੋ ਬਹੁਤ ਚੀਜ਼ਾਂ ਨਾਲ ਦੀਆਂ ਨਾਲ ਇੱਦਾਂ ਦੀਆਂ ਦੱਸਦੇ ਹਾਂ ਅਸੀਂ ਜਿਹੜੀਆਂ ਆਪਣੇ ਅੱਜ ਦੇ ਬੱਚਿਆਂ ਨੇ ਨਹੀਂ ਦੇਖੀਆਂ ਜਿਹੜੀਆਂ ਬੱਚਿਆਂ ਨੂੰ ਨੌਲੇਜ ਨਹੀਂ ਜਿਵੇਂ ਪਿਛਲੀ ਵਾਰੀ ਲੋਕਾਂ ਨੂੰ ਅੱਧੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਵਿਆਹਾਂ ਦੇ ਮੰਜੇ ਬਿਸਤਰੇ ਇਕੱਠੇ ਕਰਦੇ ਆ ਅੱਜ ਦੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਸੀ ਓਵਰਸੀਜ਼ ਦੇ ਵਿੱਚ ਉਹਦੇ ਵੀ ਇੱਦਾਂ ਕਿਉਂ ਉਹ ਦੱਸਦੇ ਵੀ ਭਾਈ ਸਾਰੇ
ਬੇਸਿਕਲੀ ਉਹਦੇ 'ਚ ਕਲਚਰ ਵੀ ਹੈ, ਆਪਣਾ ਵਿਰਸਾ ਵੀ ਹੈ, ਅਤੇ ਤੁਸੀਂ ਨਾਲ ਇਹ ਵੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਹਸਾਇਆ ਵੀ ਜਾਏ। ਹਸਾਇਆ ਤਾਂ ਪੂਰਾ ਜਾਊਗਾ ਜੀ, ਹਸਾ ਹਸਾ ਕੇ ਤਾਂ ਸਿੱਟਾਂਗੇ ਜੀ ਕੁਰਸੀਆਂ ਥੱਲੇ। ਨਰੇਸ਼ ਕਤੂਰੀਆ ਨੇ ਲਿਖਿਆ ਜੀ, ਜਿਹਦਾ ਕੰਮ ਹੀ ਹਸਾਉਣਾ ਵਾ। ਸੋ ਕੈਰੀ ਓਨ ਜੱਟਾ ਇੱਦਾਂ ਦੀਆਂ ਫਿਲਮਾਂ ਉਹ ਲਿਖਦਾ ਆਇਆ ਹੁਣ ਤੱਕ, ਸੋ ਨਜ਼ਾਰੇਦਾਰ ਹਸਾਊ ਤੁਹਾਨੂੰ। ਅਤੇ ਮੈਂ ਤਾਂ ਸੁਣਨ 'ਤੇ ਇੱਕ ਗੱਲ ਹੋਰ ਆਈ ਹੈ ਕਿ 3 ਦੀ ਵੀ ਤਿਆਰੀ ਕਰੀ ਬੈਠੇ ਹੋ। 3 ਦੀ ਤਿਆਰੀ ਨਾਲ ਹੀ ਹੋ ਜਾਂਦੀ ਹੈ ਜੀ, ਜਦੋਂ ਫਿਲਮ ਲੱਗਦਾ ਹੁੰਦਾ ਵੀ ਠੀਕ ਬਣ ਗਈ, ਨਾਲੇ ਕਹਿ ਦਿੰਦੇ ਨੇ ਵੀ ਚੱਕ ਦੋ 3 GB ਲਿਖਾਂਗੇ, ਕਰਾਂਗੇ ਉਹ ਵੀ ਕਰਾਂਗੇ, ਪਰ ਹਾਲੇ ਨਹੀਂ, ਹੁਣ ਤੋਂ 3 ਸਾਲ ਬਾਅਦ। ਠੀਕ ਆ, ਜਿਵੇਂ ਕੈਰੀ ਓਨ ਜੱਟਾ ਹੁਣ ਆਈ ਆ, ਉਹ ਵੀ ਹੁਣ 3-4 ਸਾਲ ਬਾਅਦ ਦੁਬਾਰਾ ਬਣਾਵਾਂਗੇ, ਬਣਾਵਾਂਗੇ ਜ਼ਰੂਰ, ਕਿਉਂਕਿ ਜਿਹੜੀਆਂ ਚੰਗੀਆਂ ਫਿਲਮਾਂ ਜਿਹੜੀਆਂ ਵਧੀਆ ਲੱਗੀਆਂ ਲੋਕਾਂ ਨੂੰ, ਉਹਨਾਂ ਦਾ ਪਾਰਟ 3 ਤਾਂ ਬਣੂਗਾ ਹੀ ਬਣੂਗਾ। ਇੱਥੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸਦਾ ਕਿ ਗਿੱਪੀ ਭਾਅ ਜੀ ਨੇ ਨਾ ਇੱਕ ਸਟੇਟਸ ਮੈਂ ਪੜ੍ਹਿਆ ਸੀ, ਜਿਸ ਸਟੇਟਸ 'ਤੇ ਗਿੱਪੀ ਭਾਅ ਜੀ ਨੇ ਲਿਖਿਆ ਸੀ ਕਿ ਇਸ ਗਾਣੇ ਦਾ ਤੁਸੀਂ ਆਪਣਾ ਇੱਕ ਵੀਡੀਓ ਬਣਾ ਕੇ ਭੇਜੋ ਅਤੇ ਤੁਸੀਂ ਜਿੱਤ ਸਕਦੇ ਹੋ ਫ੍ਰੀ ਪਾਸਿਸ। ਉਹ ਭਾਅ ਜੀ ਇਹ ਗੱਲ ਸੱਚੀ ਹੈ ਜੀ? ਬਿਲਕੁਲ ਸੱਚੀ ਹੈ ਜੀ, ਔਰ ਇੱਕ ਐਤਕੀ ਅਸੀਂ ਕਈ ਸ਼ੋਅ ਇੱਦਾਂ ਦੇ ਰੱਖ ਰਹੇ ਹਾਂ, ਬਹੁਤ ਸ਼ੋਅ। ਇੱਕ ਸ਼ੋਅ ਮੈਂ ਆਸਟ੍ਰੇਲੀਆ 'ਚ ਰੱਖ ਰਿਹਾ, ਇੱਕ ਕੰਟੈਸਟ ਅਸੀਂ ਆਸਟ੍ਰੇਲੀਆ ਲਈ ਪਲੇ ਕੀਤਾ, ਸਿਰਫ ਜਿਹੜੇ ਬੰਦੇ ਸਾਨੂੰ ਉੱਥੇ ਉਸ ਦੇ ਜਵਾਬ ਭੇਜਣਗੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਅਸੀਂ ਫ੍ਰੀ ਪਾਸਿਸ ਦਿੱਤੇ ਜਾਣਗੇ। ਜਿਹੜੀ ਫਿਲਮ 12 ਨੂੰ ਨਹੀਂ, 11 ਨੂੰ ਦਿਖਾਈ ਜਾਊਗੀ ਉਹਨਾਂ ਨੂੰ। ਇੱਥੇ ਵੀ ਬਹੁਤ ਬੰਦਿਆਂ ਨੂੰ ਫਿਲਮ ਅਸੀਂ 11 ਨੂੰ ਦਿਖਾ ਰਹੇ ਹਾਂ, ਜਿਹੜੇ ਆਮ ਲੋਕ ਨੇ, ਜਿਹੜੇ ਫੈਨਸ ਨੇ, ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੇ ਜਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਲਈ। ਕੈਨੇਡਾ 'ਚ ਵੀ, ਵੈਨਕੂਵਰ ਵੀ, ਟੋਰਾਂਟੋ ਵੀ, ਸਾਰੇ ਜਗ੍ਹਾ ਅਸੀਂ ਇਹ ਸ਼ੋਅ ਰੱਖ ਰਹੇ ਹਾਂ ਜੀ, ਜਿੱਥੇ ਵਰਲਡ ਵਾਈਡ ਪੂਰਾ, ਜਿੱਥੇ ਵੀ ਪੰਜਾਬੀ ਹਨ, ਜਿੱਥੇ ਜਿੱਥੇ ਸ਼ੋਅ ਰਿਲੀਜ਼ ਹੋਣਗੇ। ਅਤੇ ਭਾਅ ਜੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ ਕਿ ਕਿੱਥੇ ਕਿੱਦਾਂ ਕਰਨਾ ਤਾਂ ਕਿ ਉਹਨਾਂ ਤੋਂ ਵੀ ਆਪਾਂ ਕਰਾ ਦਈਏ। ਬਿਲਕੁਲ ਜੀ ਬਿਲਕੁਲ, ਇਹ ਅਸੀਂ ਕਿਹਾ ਸੀਗਾ ਵੀ ਕਰੰਟ ਵਾਲੇ ਗਾਣੇ ਦੀਆਂ ਵੀਡੀਓ ਬਣਾ ਬਣਾ ਕੇ ਭੇਜੋ। ਸੋ ਜਿਹਦੀਆਂ ਵੀਡੀਓ ਸਾਨੂੰ ਸਭ ਤੋਂ ਵਧੀਆ ਲੱਗੂਗੀ ਉਹ ਅਸੀਂ ਜਿਹੜੇ ਟੌਪ ਦੇ ਬੰਦੇ ਕੱਢਾਂਗੇ 10 ਤੋਂ 15, ਉਹਨਾਂ ਨੂੰ ਫ੍ਰੀ ਪਾਸਿਸ ਦਿੱਤੇ ਜਾਣਗੇ ਪ੍ਰੀਮੀਅਰ ਸ਼ੋਅ ਦੇ। ਇਹ ਨਹੀਂ ਕਿ ਨੋਰਮਲ ਟਿਕਟਾਂ, ਪ੍ਰੀਮੀਅਰ ਸ਼ੋਅ ਜਿੱਥੇ ਇੰਟਾਇਰ ਕਾਸਟ ਆਊਗੀ, ਤੁਸੀਂ ਉਹਨਾਂ ਨਾਲ ਬੈਠ ਕੇ 12 ਦੀ ਬਜਾਏ 11 ਤਰੀਕ ਨੂੰ ਹੀ ਫਿਲਮ ਦੇਖੋਗੇ। ਅਤੇ ਭਾਅ ਜੀ ਹੁਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਇਸ ਫਿਲਮ ਦੇ ਗਾਣੇ ਦੇ 2 ਬੋਲ। ਉਹ ਗਾਣੇ ਦੇ ਮੈਂ ਸਵੇਰ ਦਾ ਅੱਜ ਥੱਕ ਗਿਆ, ਬਹੁਤ ਇੰਟਰਵਿਊਆਂ ਲਗਾਤਾਰ ਚੱਲ ਰਹੀਆਂ ਨੇ। ਬੱਜ ਤਾਂ ਸਹੀ ਤੁਸੀਂ ਨੇ ਜੱਟ ਦੇ ਮੈਂ ਚੱਲ ਲੂੰ ਕਰੰਟ ਵੱਲੀਏ, ਬੱਜ ਤਾਂ ਸਹੀ ਤੁਸੀਂ ਨੇ ਜੱਟ ਦੇ ਮੈਂ ਚੱਲ ਲੂੰ ਕਰੰਟ ਵੱਲੀਏ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।